ਔਰ ਜਿਸ ਘਰ ਵਿੱਚ ਕਦੀ ਮੈਂ ਪਹਿਲੀ ਚਿਲਕਾਰੀ ਕਿਲਕਾਰੀ ਮਾਰੀ ਸੀਗੀ, ਜਿਹੜੇ ਘਰ ਵਿੱਚ ਮੈਂ ਆਪਣੇ ਮਾਂ ਦੀ ਆਪਣੇ ਬਾਪ ਦੀ ਉਂਗਲ ਫੜ ਕੇ ਤੁਰਿਆ ਫਿਰਦਾ ਹੋਵਾਂਗਾ। ਸਰਦਾਰ ਮਾਨ ਲਾਲ ਸੰਧੂ ਜੀ, ਸਰਦਾਰ ਖਜ਼ਾਨ ਸਿੰਘ ਦਾ ਬੇਟਾ ਜੀ, ਸਰਦਾਰ ਖਜ਼ਾਨ ਸਿੰਘ ਸੰਧੂ ਦਾ ਬੇਟਾ, ਸਰਦਾਰ ਮਾਨ ਲਾਲ ਸੰਧੂ ਸਾਨੂੰ ਬੜੀ ਖੁਸ਼ੀ ਹੋਈ ਜਿਹੜੀ ਜੀ ਆਇਆਂ ਨੂੰ ਜਨਾਬ ਤੁਹਾਨੂੰ ਕਹਿੰਦੇ ਹਾਂ ਇਹ ਪੜ੍ਹਾਉਣ ਦੇ ਵਿੱਚ। ਅਸੀਂ ਤੁਹਾਡਾ ਇੱਕ ਸੰਧੂ ਲੈ ਕੇ ਆਏ ਹਾਂ ਜੀ, ਹਰਿਆਮ ਸੰਧੂ ਸਾਹਿਬ ਜੀ, ਜਾਣੋ ਜੀ ਤੁਹਾਡੇ ਪਟਾਣੇ ਦਾ ਮਾਣ ਸਿੱਖ ਸੀ, ਸਾਡੇ ਸਾਡੇ ਮਾਣ ਜੀ, ਸਾਡਾ ਪੜਾਣਾ ਅਸਲ ਮਾਣ ਹੀ ਦੇ ਜਿੰਨਾ ਤੇ ਮਾਣ ਕੀਤਾ ਜਾ ਸਕਦਾ ਹੈ। ਨਹੀਂ ਬੜਾ ਨਾਮ ਸੁਣਿਆ ਜੀ ਤੁਹਾਡਾ, ਮੈਂ ਸੈਫ ਨਾਲ ਵਾਅਦਾ ਕਰਕੇ ਗਿਆ ਸੀ ਕਿ ਇੱਕ ਦਿਨ ਲੈ ਕੇ ਆਉਣਾ, ਮੈਂ ਆਪਣੇ ਵਾਅਦੇ ਚ ਕਾਮਯਾਬ ਹੋਣ ਤੁਹਾਡੇ ਹਵਾਲੇ ਜੀ। ਨਹੀਂ ਅਸੀਂ ਜਨਾਬ ਜੀ ਨਾ ਸਾਡੇ ਸਾਡੇ ਸਿਰ ਮੱਕਰ ਜੀ, ਸਸਰਿਆ ਭੈਣ ਜੀ, ਸਸਰਿਆ ਕਾਲ, ਇਹਦੇ ਸਹੁਰਿਆਂ ਦਾ ਪਿੰਡ ਹੈ, ਸਾਡੀ ਭੈਣ ਹੈ ਜੀ, ਸਾਡੀ ਭੈਣ ਦਾ ਪਿੰਡ ਵਾਕਿਆ ਜੀ, ਸਾਡੀ ਭੈਣ ਦਾ ਪਿੰਡ ਜੀ, ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਭੈਣ ਜੀ। ਮੈਂ ਦੱਸਦਾ ਜਾਵਾਂ ਜੀ ਕਿ ਸੰਧੂ ਸਾਹਿਬ ਜੰਮੇ ਜਾਏ ਇੱਥੇ ਹੀ ਪਟਾਣਾ ਸਨ, ਮਰਿਆਮ ਸਿੰਘ ਸੰਧੂ ਸਾਹਿਬ, ਅਤੇ ਇਹ ਉਦੋਂ ਕੋਈ ਡੇਢ ਤੋਂ ਕੁ ਪੌਣੇ ਦੋ ਸਾਲਾਂ ਦੇ ਪੂਰੇ ਨਹੀਂ ਸਨ ਜਦੋਂ ਇੱਥੇ ਇਹਨਾਂ ਨੂੰ ਜਾਣਾ ਪਿਆ, ਅਤੇ ਇਹਨਾਂ ਨੂੰ ਚੀਕਣ ਦੀ ਅਤੇ ਬੋਲਣ ਦੀ ਆਦਤ ਸ਼ੁਰੂ ਤੋਂ ਹੀ ਸੀ, ਅਤੇ ਜ਼ਿਆਦਾ ਬੋਲ ਰਹੇ ਸਨ, ਅਤੇ ਇਹਨਾਂ ਦੇ ਜਿਹੜੇ ਦਾਦਾ ਸਨ ਨਾ ਉਹਨਾਂ ਦੀ ਮਾਂ ਨੂੰ ਕਹਿ ਰਹੇ ਸਨ ਕਿ ਇਹਦੇ ਮੂੰਹ 'ਚ ਨਾ ਕੱਪੜਾ ਪਾ, ਇਹ ਬੋਲੇ ਨਾ ਕੁਛ ਸੁਣ ਕੇ ਅਤੇ ਸਾਡੇ ਵਾਸਤੇ ਕੋਈ ਆਫਤ ਨਾ ਆ ਜਾਵੇ, ਅਤੇ ਉਸ ਤੋਂ ਬਾਅਦ ਫਿਰ ਇਹ ਬੰਦਾ ਬੋਲਿਆ ਪੰਜਾਬੀ ਲਿਟਰੇਚਰ ਰਾਹੀਂ, ਔਰ ਅੱਜ ਪੂਰੀ ਦੁਨੀਆ ਦੇ ਵਿੱਚ ਅਗਰ ਕੋਈ ਪੰਜਾਬੀ ਲਿਟਰੇਚਰ ਪੰਜਾਬੀ ਫਿਕਸ਼ਨ 'ਤੇ ਕਿਸੇ ਨੂੰ ਮਾਣ ਹੈ, ਪੂਰੀ ਦੁਨੀਆ ਦੇ ਪੰਜਾਬੀਆਂ ਨੂੰ ਕਿਸੇ ਸ਼ਖਸੀਅਤ 'ਤੇ, ਅੱਜ 76 ਸਾਲਾਂ ਬਾਅਦ ਉਸੇ ਹੀ ਆਪਣੇ ਪਿੰਡ ਇਹ ਉਸ ਆਪਣੇ ਜਨਮ ਭੂਮੀ ਨੂੰ ਦੇਖਣ ਆਏ, ਅਤੇ ਅਸੀਂ ਇਹਨਾਂ ਦੇ ਨਾਲ ਹਾਂ, ਅਤੇ ਤੁਹਾਡਾ ਸਭ ਦਾ ਸ਼ੁਕਰੀਆ, ਤੁਸੀਂ ਜਿਵੇਂ ਜੀ ਆਇਆਂ ਨੂੰ ਆਖਾ, ਇਹੀ ਹੁੰਦਾ ਕਿ ਘਰ ਆਇਆ ਜੀਆਂ ਨੂੰ ਆਪਣੇ ਗ੍ਰਾਮਾਂ ਨੂੰ ਇੰਝ ਹੀ ਆਖੀ ਦਾ। ਇਹਨਾਂ ਨੇ ਪਹਿਲੇ ਅਗਰ ਆਪਾਂ ਜਾਈਏ ਗੁਰਦੁਆਰਾ ਸਾਹਿਬ, ਔਰ ਉਹ ਗੁਰਦੁਆਰਾ ਦੇ ਸਾਹਮਣੇ ਦੱਸਦੇ ਨੇ ਕਿ ਉਸ ਗਲੀ ਦੇ ਵਿੱਚ ਘਰ ਸੀ ਸਾਡਾ, ਉਹ ਤੋਂ ਹੋ ਕੇ ਤਾਂ ਫਿਰ ਆ ਜਾਈਏ ਗੁਰਦੁਆਰੇ ਵੱਲ ਚਲੇ ਜੀ, ਮੈਂ ਕਿਹਾ ਕਿੰਝ ਤਾਂ ਲੱਗੀ ਜਾ ਰਹੀ ਹੈ ਤੁਹਾਨੂੰ, ਮੈਨੂੰ ਕੋਈ ਥੋੜ੍ਹਾ ਥੋੜ੍ਹਾ ਨਾਲ ਸਾਨੂੰ ਦੱਸਦੇ ਜਾਓ ਨਾ। ਮੈਨੂੰ ਲੱਗਾ ਮੈਂ ਬੋਲਾਂ ਗਿਆ ਤਾਂ ਫਿਰ ਰੋ ਪਊਗਾ, ਇਸ ਕਰਕੇ ਅਜੇ ਨਹੀਂ ਬੋਲਣਾ। ਚਲੋ ਤੁਹਾਨੂੰ ਬੁਲਾਉਣਾ ਵੀ ਹੈ ਅਤੇ ਤੁਹਾਨੂੰ ਸੁਣਨਾ ਵੀ ਹੈ, ਕਿਉਂਕਿ ਅਸੀਂ ਤੁਹਾਡੇ ਜੇ ਵੱਡੇ ਦਿਮਾਗ ਦਾ ਜਿਹੜੇ ਸ਼ਬਦ ਹੈ ਨਾ ਉਹਨਾਂ ਦਾ ਇਜ਼ਹਾਰ ਹੈ ਉਹ ਸੁਣਨਾ ਚਾਹੁੰਦੇ ਹਾਂ ਕਿ ਆਮ ਬੰਦੇ ਦੀ ਔਰ ਇੱਕ ਵੱਡੇ ਲਿਖਾਰੀ ਦੀ ਉਹਦੇ ਸੋਚਣ ਦੀ ਔਰ ਉਹਦੇ ਮਿੱਟੀ ਦੇ ਨਾਲ ਜੁੜਨ ਦੀ ਉਹ ਕਿਵੇਂ ਕੀ ਕਿਸ ਢੰਗ ਨਾਲ ਉਹ ਸੋਚਦਾ, ਫਰਕ ਕੀ ਹੁੰਦਾ, ਅਤੇ ਜ਼ਹਿਰੀ ਗੱਲ
ਤੁਸੀਂ ਇਸ ਨੂੰ ਹੋਰ ਰੰਗ ਦੇ ਨਾਲ ਸੋਚਦੇ ਹੋਵੋਗੇ? ਨਹੀਂ ਸੋਚਦੇ ਤਾਂ ਦੇਖੋ ਸਾਰੇ ਜਿਹੜੀ ਤੁਹਾਡੀ ਮਾਂ ਮਿੱਟੀ ਆ, ਜਿਹੜੀ ਤੁਹਾਡੀ ਜਨਮ ਭੂਮੀ ਆ ਕਿ ਨਹੀਂ ਜੀ, ਉਹ ਤੁਹਾਡੀਆਂ ਜੜ੍ਹਾਂ ਹੁੰਦੀਆਂ ਨੇ, ਹੈ ਤੁਹਾਡੇ ਪੁਰਖੇ ਜਿੱਥੇ ਜਿਹੜੀ ਜ਼ਮੀਨ ਦੇ ਵਿੱਚ ਦਫਨ ਹੋਏ, ਤੁਹਾਡੀਆਂ ਪੀੜ੍ਹੀਆਂ ਜਿੱਥੇ ਗੁਜ਼ਰੀਆਂ, ਅਤੇ ਉਹਨਾਂ ਦਾ ਇੱਕ ਪੂਰੀ ਹਿਸਟਰੀ, ਉਹਨਾਂ ਦਾ ਇੱਕ ਇਤਿਹਾਸ ਜਿਹੜਾ ਉਹ ਤੁਹਾਡੇ ਨਾਲ ਨਾਲ ਤੁਰਦਾ ਆ, ਤੁਸੀਂ ਉਹਨਾਂ ਯਾਦਾਂ 'ਚ ਗੁਜ਼ਰਦੇ ਹੋ ਕਿ ਇਹਨਾਂ ਗਲੀਆਂ ਵਿੱਚ ਮੇਰਾ ਪਿਓ ਤੁਰਦਾ ਫਿਰਦਾ ਸੀ, ਜਿੱਦਾਂ ਬੱਚੇ ਹੁਣ ਤੁਰੇ ਫਿਰਦੇ ਨੇ, ਇਹਨਾਂ 'ਚ ਮੇਰਾ ਦਾਦਾ, ਇਹਨਾਂ 'ਚ ਮੇਰੇ ਰਿਸ਼ਤੇਦਾਰ ਜਿਹੜੇ ਸਨ ਸਾਰੇ, ਛੋਟੇ ਵੀਰਾਂ ਦਾ ਨੌਕਰ ਤੁਹਾਡੇ ਦਰਸ਼ਨ ਕਰ ਲਏ ਨਾ, ਤੇ ਕਿਰਦਾਰ ਕਰਦੇ ਹੋ ਮਾਸ਼ਾਅੱਲਾ, ਤੁਹਾਡੇ ਰਵਾਇਤ ਹੈ, ਲੇਕਿਨ ਸਾਨੂੰ ਇਹਨਾਂ ਸ਼ਰਮਿੰਦਾ ਕਰਦਾ, ਮੈਂ ਸ਼ਰਮਿੰਦਾ ਨਹੀਂ, ਤੁਹਾਡੀਆਂ ਮੁਹੱਬਤਾਂ ਨੇ ਤੁਸੀਂ ਮੇਰੀ ਮਿੱਟੀ ਦੇ ਜੀ। ਅੱਛਾ ਆਪਣੇ ਵੱਡੇ ਵੀ ਇੱਥੋਂ ਦੇ ਮਾਸ਼ਾਅੱਲਾ, ਪਤਾ ਨਹੀਂ ਪਤਾ ਨਹੀਂ ਕੋਈ ਨੀ ਗਲਤੀ ਦੇਖਦੇ ਚਲੋ ਦੇਖਦੇ ਆ ਪੈਂਦੀ ਆ। ਉਹੀ ਘਰ ਹੈ, ਬਿਲਕੁਲ। ਔਰ ਫਿਰ ਜਿਹੜੇ ਟਾਈਮ ਦੀ ਕੰਸਟਰਕਸ਼ਨ ਦੱਸ ਰਹੇ ਨੇ, ਉਸ ਟਾਈਮ ਵੱਡੀ ਇੱਟ ਆ ਚੁੱਕੀ ਸੀ, ਪਾਰਟੀਸ਼ਨ ਤੋਂ ਪਹਿਲੇ ਦੇ ਜਿਹੜੇ 15-20 ਸਾਲਾਂ ਦੀ ਬਿਲਡਿੰਗ ਦੇਖ ਲਓ, ਦੇਖ ਲਓ ਅੰਦਰ ਤੁਸੀਂ ਬਾਹਰ ਕੱਢੋ, ਹਾਂ ਅੰਦਰ ਕਮਰੇ 'ਚ ਪੁੱਤਰ ਅੰਦਰ ਕਮਰੇ ਦਿਖਾ ਦਿਓ, ਇਹਨਾਂ ਕਮਰਿਆਂ 'ਚ ਚੀਕੇ ਹੋਣੇ ਨਿੱਕੇ ਨਿੱਕੇ। ਕਿਉਂ ਜੀ ਆਪਣਾ ਬਰਿਆਮ ਸਾਹਿਬ ਹੈ ਨਾ, ਐਸੀ ਹਾਏ ਹਾਏ ਪੁਰਾਣਾ ਘਰ ਹੋਈਏ
ਯਾ ਹਿੰਦੁਸਤਾਨ ਪਾਕਿਸਤਾਨ ਤੋਂ ਨਾ ਕੁਛ ਅਰਸਾ ਪਹਿਲੇ ਬਣਿਆ ਸੀ। ਤੁਹਾਡਾ ਬਹੁਤ ਸ਼ੁਕਰੀਆ ਜੀ। ਨਹੀਂ ਨਹੀਂ ਤੁਹਾਡਾ ਭਰਾ ਮੈਂ ਤਾਂ ਸਪੋਰਟ ਕਰ ਰਹੀ ਆ ਤੇ ਮੈਂ ਵਿਆਹ ਕੇ ਬੜੀ ਬੜੀ ਖੁਸ਼ੀ ਤੁਸੀਂ ਇੱਥੇ ਆਣਾ ਸੀ ਹੈ ਇਹ ਇਹਨਾਂ ਨੇ ਆਉਣ ਅੱਗੇ ਅੱਗੇ ਇਹਨਾਂ ਨੇ ਜਾ ਕੇ ਘਰ ਮੱਲਿਆ ਸੀ ਨਾ ਜੀ ਜੀ ਹੋਰ ਕੱਚਾ ਸੀ ਹਾਂ ਕਿ ਇਹ ਪੱਕਾ ਸੀ ਮੈਨੂੰ ਪੱਕਾ ਨਹੀਂ ਮਾਂ ਜੀ ਦੱਸ ਰਹੇ ਨੇ ਕਿ ਵਰਿਆਮ ਸਾਹਿਬ ਨੇ ਨਾ ਮੈਨੂੰ ਵਿਆਹ ਕੇ ਇੱਥੇ ਲਿਆਉਣਾ ਸੀ ਤੇ ਇਹ ਪੱਕਾ ਘਰ ਸੀ ਤੇ ਜਿੱਥੇ ਅੱਗੇ ਵਰਿਆਮ ਸਾਹਿਬ ਬਣਾਇਆ ਸੀ ਕਹਿੰਦੇ ਨੇ ਉਹ ਕੱਚਾ ਹੈ ਜ਼ਹਿਰੀ ਗੱਲ ਹੈ ਟਾਈਮ ਤੇ ਲੱਗਿਆ ਨਾ ਫਿਰ ਇੱਕ ਇੱਕ ਚੀਜ਼ ਨੂੰ ਜੜ੍ਹ ਤੋਂ ਤੁਸੀਂ ਉਖਾੜਦੇ ਹੋ ਤਾਂ ਹਰਾ ਭਰਾ ਹੁੰਦਾ ਟਾਈਮ ਲੱਗਦਾ ਇਹ ਵਿਚਕਾਰ ਫਿਰ ਦੱਸਦੇ ਸੀ ਵੀ ਇੱਕ ਦਰਵਾਜ਼ਾ ਹਾਂ ਬਿਲਕੁਲ ਇਦਾਂ ਹੀ ਸੀ ਉਹ ਨਕਸ਼ਾ ਸੀ ਇਹ ਦੋ ਕਮਰੇ ਸੀ ਅੱਗੇ ਬਰਾਂਡਾ ਨਾਲ ਰਸੋਈ ਪੱਕੀ ਸੀ ਰਸੋਈ ਪੱਕੀ ਆ ਤੇ ਡੰਗਰਾਂ ਵਾਲਾ ਕੋਠਾ ਪੱਕਾ ਨਾਲ ਸੀਗਾ ਵੱਖਰਾ ਉਹ ਚਲੋ ਤੇ ਟੁੱਟ ਟੁੱਟ ਗਿਆ ਉਹ ਜਨਮਾ ਕਰ ਲਿਆ ਉਹਨਾਂ ਰੈਨੋਵੇਟ ਕਰ ਲਿਆ ਹੋਣਗੇ ਪਰ ਆਹ ਘਰ ਹੋਈ ਇਹ ਹੋਰ ਨਹੀਂ ਕੋਈ ਹੈਗਾ ਇਹ ਮੈਨੂੰ ਲੱਗ ਗਿਆ ਪਤਾ ਕਿਉਂਕਿ ਖੂਹੀ ਨੂੰ ਸਿੱਧਾ ਹਾਂ ਖੂਹੀ ਨੂੰ ਸਿੱਧਾ ਤੇ ਬਾਕੀ ਉਹੀ ਹਰ ਚੀਜ਼ 100% ਉਹੀ ਚੀਜ਼ ਬਿਲਕੁਲ ਬਿਲਕੁਲ ਵਾਹ ਜੀ ਵਾਹ ਮੇਰੀ ਖੁਸ਼ਬਖਤੀ ਕਿ ਇੱਕ ਹਫ਼ਤੇ ਦੇ ਵਿੱਚ ਪਹਿਲੇ ਰੂਪ ਦੇ ਨਾਨਕੇ ਦਾਦਕਿਆਂ ਦੇ ਘਰ ਇੰਝ ਹੀ ਸਨ ਲੱਭ ਗਏ ਤੇ ਅੱਜ ਤੁਹਾਡਾ ਘਰ ਲੱਭ ਗਿਆ ਔਰ ਇੰਝ ਲੱਗਦਾ ਹੈ ਕਿ ਪੂਰੇ ਪੰਜਾਬ ਨੂੰ ਆਪਣਾ ਘਰ ਲੱਭ ਬਿਲਕੁਲ ਬਿਲਕੁਲ ਕੋਈ ਵੀ ਜਦੋਂ ਵੀ ਪਾਰਟੀਸ਼ਨ ਦੀ ਕੋਈ ਸਟੋਰੀ ਕਰੀਦੀ ਹੈ ਨਾ ਜਾਂ ਕਿਸੇ ਦੇ ਨਾਲ ਵੀ ਜਾਈਦਾ ਅਤੇ ਬਹੁਤ ਸਾਰੇ ਦੋਸਤ ਇਹ ਵੀ ਆਖਦੇ ਨੇ ਕਿ ਯਾਰ ਤੁਸੀਂ ਕੀ ਪੁਰਾਣੀਆਂ ਚੀਜ਼ਾਂ ਛੇੜਦੇ ਨੇ ਕੀ ਕਰਦੇ ਜੇ ਅਤੇ ਮੈਂ ਉਹਨਾਂ ਨੂੰ ਇੱਕ ਹੀ ਕਹਿੰਦਾ ਮੈਂ ਕਿਹਾ ਤੁਸੀਂ ਨਾ ਅਜੇ ਕੁਝ ਆਪਣਾ ਬਣਾਇਆ ਨਹੀਂ ਠੀਕ ਹੈ ਅਸੀਂ ਆਪਣੇ ਪੜ੍ਹੇ ਫਿਰ ਉਸ ਤੋਂ ਬਾਅਦ ਜਾਬ ਦੇ ਵਿੱਚ ਆ ਗਏ ਅਤੇ ਮਾਪਿਆਂ ਦਾ ਦਿੱਤਾ ਹੋਇਆ ਸਾਰਾ ਕੁਛ ਹੈ ਤੁਸੀਂ ਹੁਣ ਸੋਚੋ ਕਿ ਤੁਸੀਂ ਆਪਣੇ ਹੱਥ ਨਾਲ ਇੱਕ ਚੀਜ਼ ਬਣਾਈ ਹੈ ਘਰ ਬਣਾਇਆ ਉਹਦੀ ਇੱਕ ਕਿੱਟ ਲਾਈ ਹੈ ਇੱਕ ਇੱਕ ਬਰਤਨ ਲਾਇਆ ਔਰ ਕਿਤਨੀਆਂ ਸਦੀਆਂ ਤੋਂ ਤੁਸੀਂ ਤੁਹਾਡੇ ਘਰ ਦੇ ਉਸ ਘਰ ਨੂੰ ਬਣਾ ਰਹੇ ਤੇ ਤੁਹਾਨੂੰ ਅਚਾਨਕ ਕਹਿ ਦਿੱਤਾ ਜਾਵੇ ਕਿ ਨਿਕਲੋ ਇੱਥੇ ਔਰ ਫਿਰ ਦੁੱਖ ਤੇ ਦਰਦ ਇਹ ਹੈ ਦੁਖਾਂਤ ਇਹ ਹੈ ਕਿ ਤੁਸੀਂ ਵੜਨਾ ਵੀ ਨਹੀਂ ਉਸ ਘਰ ਦੇ ਵਿੱਚ ਕੋਈ ਐਗਰੀਮੈਂਟ ਵੀ ਨਹੀਂ ਹੁੰਦਾ ਕਿ ਬਾਈ ਅਸੀਂ ਤੇਰੇ ਤੋਂ 20 ਸਾਲਾਂ ਦਾ ਘਰ ਖਾਲੀ ਕਰਾ ਰਹੇ ਹਾਂ 10 ਸਾਲਾਂ ਦਾ ਘਰ ਖਾਲੀ ਕਰਾ ਰਹੇ ਹਾਂ 50 ਸਾਲਾਂ ਦਾ ਘਰ ਹੀ ਕਰਾ ਰਹੇ ਹਾਂ ਉਸ ਬੰਦੇ ਨੂੰ ਪੂਰੀ ਜ਼ਿੰਦਗੀ ਉਹਦੀ ਆਸ ਤੇ ਲੰਘ ਜਾਵੇ ਕਿ ਠੀਕ ਹੈ ਯਾਰ ਮੈਂ ਕਿਤੇ ਚਲੇ ਜਾਣਾ ਆਪਣੇ ਘਰ ਇੱਥੇ ਤੇ ਇੰਜ ਕਰ ਦਿੱਤਾ ਕਿ ਹਮੇਸ਼ਾ ਲਈ ਕੱਟ ਆਓ ਤੁਸੀਂ ਕੱਟ ਗਏ ਜੇ ਉਹਨਾਂ ਲੋਕਾਂ ਤੇ ਕੀ ਬੀਤੀ ਹੋਏਗੀ ਜਿਨ੍ਹਾਂ ਦੇ ਘਰਾਂ ਤੇ ਜਿੱਥੇ ਖੇਡੇ ਤੇ ਜਿੱਥੇ ਰੋਂਦੇ ਸੀ ਲਾਡ ਮਾਪਿਆਂ ਦੇ ਨਾਨੇ ਦਾਦੀਆਂ ਦੇ ਪੂਰੀਆਂ ਨਸਲਾਂ ਦੇ ਸੋ ਵੰਡਦੇ ਦੁਖਾਂਤ ਨੂੰ ਨਾ ਸ਼ਾਇਦ ਆਉਣ ਵਾਲੀ ਨਸਲਾਂ ਉਵੇਂ ਨਹੀਂ ਉਸਨੂੰ ਵੇਖ ਪਾਉਂਦੀਆਂ ਜਿਵੇਂ ਵਰਿਆਮ ਸਾਹਿਬ ਦੇ ਲੋਕ ਜਿਹੜੇ ਹਨ ਹੁਣ ਇਹਨਾਂ ਨੇ ਜਦੋਂ ਆਪਣਾ ਬਚਪਨ ਲੱਭਿਆ ਹੋਏਗਾ ਨਾ ਕਿ ਮੈਂ ਕਿੱਥੇ ਹਾਂ ਅਤੇ ਉਹ ਸਭ ਤੋਂ ਪਹਿਲਾਂ ਬਚਪਨ ਦਾ ਇਹਨਾਂ ਨੇ ਇੱਥੋਂ ਹੀ ਲੱਭਣਾ ਬਿਲਕੁਲ ਔਰ ਉੱਥੇ ਆ ਨਹੀਂ ਪਾਉਂਦੇ ਇਹੀ ਦੁੱਖ ਹੈ ਮੁਲਕ ਬਣਦੇ ਰਹਿੰਦੇ ਨੇ ਜਗਰਾਫੀ ਬਦਲਦੇ ਰਹਿੰਦੇ ਨੇ ਲੇਕਿਨ ਪੰਜਾਬੀਆਂ ਨਾਲ ਜਿਹੜਾ ਸਭ ਤੋਂ ਵੱਡਾ ਜਬਰ ਔਰ ਜ਼ੁਲਮ ਇਹ ਕੀਤਾ ਗਿਆ ਕਿ ਤੁਸੀਂ ਕਦੀ ਨਹੀਂ ਉਹਨਾਂ ਘਰਾਂ ਦੇ ਵਿੱਚ ਜਾ ਸਕਦੇ
ਨਾ ਉਧਰ ਦੇ ਨਾ ਇਧਰ ਦੇ, ਪਤਾ ਨੀ ਲੱਖਾਂ ਲੋਕ ਵਿਚਾਰੇ ਇੰਜ ਹੀ ਰੋਂਦੇ ਟੁਰਦੇ। ਮੰਮੀ ਦਾ ਵਿਆਹ ਹੀ ਹੋਇਆ ਸੀਗਾ, ਡੇਢ ਪੌਣੇ ਦੋ ਸਾਲ ਦੇ ਸੀ, ਸਾਲ ਪਹਿਲਾਂ ਹੋਇਆ ਹੋਇਆ ਵਿਆਹ, ਤੇ ਸਾਰਾ ਦਾਜ ਵਗੈਰਾ ਨਵਾਂ ਹੀ ਸੀ, ਅਜੇ ਉਹਨਾਂ ਨੇ ਦਾਦੇ ਵੀ ਅਜੇ ਕੋਈ ਚੀਜ਼ ਨੂੰ ਟੱਚ ਕਰਕੇ ਨਹੀਂ ਦੇਖਿਆ, ਸਾਰਾ ਹੀ ਮਤਲਬ ਇੱਥੇ ਰਹਿ ਗਿਆ ਸੀਗਾ ਸਾਰਾ ਕੁਝ। ਅਤੇ ਮੈਂ ਹਰ ਲੜਕੀ ਨੂੰ ਕਿੰਨਾ ਸ਼ੌਂਕ ਹੁੰਦਾ ਜਿਵੇਂ ਮੈਰਿਜ ਬਾਅਦ ਆਪਣਾ ਦਾਜ ਦੇ ਕੋਈ ਚੀਜ਼ ਖਾਧੀ ਜਾਂ ਉਹਦੇ ਨਾਲ ਬਹੁਤੀ ਅਟੈਚਮੈਂਟ, ਬਾਕੀ ਸਾਰਾ ਕੁਝ ਨਵਾਂ ਹੁੰਦਾ ਅਤੇ ਉਹਦੇ ਬਹੁਤ ਲੋਕਾਂ ਦੇ ਘਰ ਗਏ ਸਾਹਮਣੇ ਸਾਰਿਆਂ ਦੇ, ਹਰ ਮਤਲਬ ਕੈਟਾਗਰੀ ਦੇ ਹਿੰਦੂ ਨੇ ਮੁਸਲਮਾਨ ਨੇ ਸਿੱਖ ਨੇ, ਵੱਧ ਘੱਟ ਵੀ ਹੋਈ ਸੀ। ਸਾਡੇ ਸਿੱਖ ਟੀਚਰ ਸੀ ਉਹ ਦਾਦੇ ਮੇਰੇ ਸਾਹਮਣੇ ਸਾਰੇ ਮਤਲਬ ਮਾਰਤੇ ਸੀ, ਉਹਨੇ ਮੈਂ ਇਕੱਲਾ ਬਚਿਆ ਸੀ। ਇੱਦਾਂ ਹੀ ਸਾਡੇ ਉਹ ਖਿਡਾਰੀ ਆਪਣੇ ਪਿੰਡ ਬਣੀ ਆ ਅਤੇ ਉਹ ਵੀ ਇਕੱਲੇ ਰਹੇ ਤਾਂ ਸਾਧ ਨੇ ਕਿਹਾ ਸੀ। ਮਿਲਖਾ ਸਿੰਘ ਦੀ ਗੱਲ ਕਰਦੀ ਆ ਜੀ, ਮਿਲਖਾ ਸਿੰਘ ਹਾਂ ਜਿਹੜੇ ਦੌੜ ਦੇ ਵਿੱਚ ਉਹ ਵੀ ਆਇਆ ਜਦੋਂ ਦੌੜਨਾ ਸੀ ਲਾਹੌਰ ਜੀ ਜੀ, ਤੇ ਉਹ ਮੋਟਰਸਾਈਕਲ ਲੈ ਕੇ ਤੇ ਪਿੰਡਾਂ ਵੱਲ ਨਿਕਲ ਗਿਆ ਤੇ ਮਿਲਖਾ ਕਿੱਧਰ ਗਿਆ ਆਉਂਦੇ ਪਤਾ ਨੀ ਕਿੱਧਰ ਗਿਆ ਆਉਂਦੇ, ਉਹ ਪਿੰਡ ਚਲੇ ਗਿਆ ਆਪਣੇ ਹੈ। ਵੱਡੀ ਗੱਲ ਜੀ ਇਹ ਆ, ਪਤਾ ਕੀ ਆ, ਇਹ ਠੀਕ ਆ, ਇਹ ਠੀਕ ਆ ਕਿ ਸਾਡੇ ਦਰਮਿਆਨ ਹਾਲਾਤ ਨੇ ਕੰਡੇਦਾਰ ਤਾਰਾਂ ਲਾ ਦਿੱਤੀਆਂ ਨੇ, ਸਾਡੇ ਦਰਮਿਆਨ ਜੰਗਾਂ ਵੀ ਨੇ, ਸਾਡੇ ਦਰਮਿਆਨ ਲਾਸ਼ਾਂ ਦੇ ਢੇਰ ਵੀ ਨੇ ਮਾਵਾਂ ਦੇ ਪੁੱਤਾਂ ਦੇ, ਪਰ ਤੁਹਾਡੇ ਵਰਗੇ ਮੁਹੱਬਤੀ ਲੋਕ ਜਿਹੜੇ ਨੇ ਇਹਨਾਂ ਲਾਸ਼ਾਂ ਦੇ ਢੇਰਾਂ ਦੇ ਉੱਤੋਂ ਦੇ, ਇਹਨਾਂ ਕੰਡੇਦਾਰ ਤਾਰਾਂ ਦੇ ਉੱਤੋਂ ਦੇ ਇੱਕ ਮੁਹੱਬਤ ਦੀ ਜਿਹੜੀ ਸੱਤ ਰੰਗੀ ਪੀਹ ਗਿਆ ਕਿ ਨਹੀਂ, ਉਹ ਇੱਧਰੋਂ ਉੱਧਰੋਂ ਜਿਹੜੀ ਹੈ ਕਿ ਨਹੀਂ ਉਹ ਜੋੜ ਦਿੱਤੀ ਆ, ਅਤੇ ਇਹ ਜਿਹੜਾ ਸੱਤ ਰੰਗਾ ਮੁਹੱਬਤੀ ਰੰਗ ਆ ਨਾ, ਇਹ ਰੰਗ ਘੋਲਣ 'ਚ ਤੁਸੀਂ ਸਾਰੇ ਲੋਕ, ਰਜ਼ਾ ਸਾਹਿਬ, ਅੰਜਮ ਗਿੱਲ ਅਤੇ ਤੁਸੀਂ ਸੰਧੂ ਸਾਹਿਬ, ਇਹ ਸਾਰੇ ਇਹਦੇ ਵਿੱਚ ਸ਼ੁਮਾਰ ਜੇ ਤੁਸੀਂ, ਇਹ ਰੰਗ ਜਿਹੜੇ ਘੋਲੇ ਹੋਏ ਨਾ ਮੁਹੱਬਤ ਦੇ, ਇਹ ਇਹ ਬਰੂਦ ਦੀ ਬੋਲ ਨਾਲੋਂ ਇਹ ਮੁਹੱਬਤ ਦੀ ਖੁਸ਼ਬੋ ਕਿਤੇ ਭਾਰੀ ਹੋ, ਇਹ ਮੁਹੱਬਤ ਦੀ ਖੁਸ਼ਬੋ ਕਿਤੇ ਭਾਰੀ ਹੋ ਜੀ ਜੀ ਬਿਲਕੁਲ। ਸੰਧੂ ਸਾਹਿਬ ਦੇ ਨਾ ਫੀਚਰ ਫਿਲਮਾਂ ਵੀ ਇਹਨਾਂ ਦੀਆਂ ਕਹਾਣੀਆਂ 'ਤੇ ਬਣੀਆਂ, ਇੱਕ ਜਮਰੂਦ ਅਤੇ ਇੱਕ ਤਾਂ ਫਿਰ ਉਹ ਆਪਣੇ ਮੂੰਹੋਂ ਦੱਸਦੇ ਨੇ, ਤੁਸੀਂ ਯਕੀਨ ਜਾਣੋ ਸੰਧੂ ਸਾਹਿਬ ਦਾ ਕੰਮ ਮੈਂ ਦੱਸਣਾ ਸ਼ੁਰੂ ਕਰ ਦੇਵਾਂ ਨਾ, ਕੋਈ ਵੀ ਬੰਦਾ ਕਿ ਇਹਨਾਂ ਨੇ ਕੀਤਾ ਕੀ ਹੈ, ਅਤੇ 2 ਘੰਟੇ ਚਾਹੀਦੇ ਨੇ ਉਸ ਕੰਮ ਨੂੰ ਦੱਸਣ। ਮੈਂ ਤਾਂ ਦੱਸ ਰਿਹਾ ਵੀ ਉਹ ਖੁਸ਼ਕਿਸਮਤ ਸ਼ਖਸੀਅਤ, 8 PhD ਦੇ ਜਿਨ੍ਹਾਂ 'ਤੇ ਥੀਸਿਸ, 18 MPhil ਦੇ ਜਿਨ੍ਹਾਂ 'ਤੇ ਥੀਸਿਸ, ਔਰ ਪਹਿਲੀ ਜਮਾਤ ਤੋਂ ਲੈ ਕੇ PhD ਤੱਕ ਇਹਨਾਂ ਦਾ ਨਿਸਾਬ ਦੇ ਵਿੱਚ ਸਾਰਾ ਕੁਛ ਆ, ਔਰ ਪਹਿਲੀ ਜਮਾਤ ਤੋਂ ਲੈ ਕੇ PhD ਤੱਕ ਇਹਨਾਂ ਨੇ ਆਪਣਾ ਆਪ ਪੜ੍ਹਾਇਆ ਵੀ ਹੈ। ਤੁਸੀਂ ਤਾਰੀਫ ਕਰਦੇ ਹੋ ਤਾਂ ਮੈਂ
ਸੰਗਦਾ ਪਿਆ ਹਾਂ। ਅਤੇ ਇਸ ਤਰ੍ਹਾਂ ਹੀ ਜਦੋਂ ਮੈਂ ਆਪਣੀ ਕਿਤਾਬ ਆਪ ਪੜ੍ਹਾਉਣੀ ਹੁੰਦੀ ਸੀ ਨਾ, ਉਦੋਂ ਵੀ ਪਹਿਲੀ ਸੱਟੇ ਮੈਨੂੰ ਕਿ ਨਹੀਂ ਇਸ ਤਰ੍ਹਾਂ ਹੀ ਹੁੰਦਾ ਸੀ ਵੀ ਬੱਚੇ ਆਖਣਗੇ ਵੀ ਸਾਡਾ ਸਰ ਜਿਹੜਾ ਉਹ ਆਪਣੀ ਤਾਰੀਫ, ਮੈਨੂੰ ਹੁੰਦਾ ਵੀ ਆਪਣੀ ਤਾਰੀਫ ਕਰਾਂ ਕਿ ਆਪਣਾ ਕ੍ਰਿਟੀਸਿਜ਼ਮ ਕਰਾਂ। ਹੈ ਮੈਂ ਫਿਰ ਕਹਿੰਦਾ ਹੁੰਦਾ ਸੀ ਪੁੱਤ ਤੁਸੀਂ ਆਪ ਪੜ੍ਹੋ ਅਤੇ ਫਿਰ ਸਵਾਲ ਕਰੋ, ਫਿਰ ਮੈਂ ਜਵਾਬ ਦਿੰਦਾ ਤੁਹਾਨੂੰ। ਮਤਲਬ ਐੱਮ ਏ ਦੀਆਂ ਜਮਾਤਾਂ ਦੇ ਵਿੱਚ ਮੈਂ ਕਈ ਇੱਕ ਯੂਨੀਵਰਸਿਟੀ 'ਚ ਨਹੀਂ ਮੈਂ ਪੜ੍ਹਾਇਆ ਜਾਂਦਾ ਰਿਹਾ ਜੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ, ਅਲੀਗੜ੍ਹ ਯੂਨੀਵਰਸਿਟੀ, ਜੰਮੂ ਯੂਨੀਵਰਸਿਟੀ, ਇਹ ਜਿੱਥੇ ਵੀ ਹਿੰਦੁਸਤਾਨ ਦੇ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਐੱਮ ਏ ਦੀਆਂ ਕਲਾਸਾਂ ਹੈਗੀਆਂ ਨੇ, ਉਹਨਾਂ ਸਾਰੀਆਂ ਐੱਮ ਏ ਦੀਆਂ ਕਲਾਸਾਂ ਵਿੱਚ ਮੇਰੀ ਕਿਤਾਬ ਜਿਹੜੀ ਆ ਉਹ ਕਹਾਣੀਆਂ ਦੀ ਜਿਹੜੀ ਆ ਉਹ ਲੱਗੀ ਰਹੀ ਆ ਔਰ ਬਦਸਤੂਰ ਦਹਾਕਿਆਂ ਤੱਕ ਲੱਗੀ ਜਾ ਰਹੀਆਂ ਨੇ, ਅਜੇ ਵੀ ਪੜ੍ਹਾਈਆਂ ਜਾਂਦੀਆਂ। ਜੇ ਮੇਰੇ ਵਾਸਤੇ ਕੋਈ ਜੰਨਤ ਦਾ ਨਜ਼ਾਰਾ ਉਹਦੀ ਕਲਪਨਾ ਕੀਤੀ ਜਾ ਸਕਦੀ, ਉਹਦੇ ਬਾਰੇ ਸੋਚਿਆ ਜਾ ਸਕਦਾ, ਤਾਂ ਮੈਨੂੰ ਲੱਗਦਾ ਕਿ ਅੱਜ ਮੈਂ ਆਪਣੇ ਪੁਰਖਿਆਂ ਦੇ ਘਰ ਵਿੱਚ ਜਦੋਂ ਬੈਠਾ ਹਾਂ ਤਾਂ ਮੈਂ ਜੰਨਤ ਵਿੱਚ ਬੈਠਾ ਹੋਇਆ, ਔਰ ਇਸ ਜੰਨਤ ਦੇ ਦੁਆਰ ਮੇਰੇ ਵਾਸਤੇ, ਦਰਵਾਜ਼ੇ ਮੇਰੇ ਵਾਸਤੇ ਖੋਲ੍ਹੇ ਨੇ ਅਹਿਮਦ ਰਜ਼ਾ ਪੰਜਾਬੀ ਸਾਹਿਬ ਨੇ, ਅੰਜਮ ਗਿੱਲ ਹੋਰਾਂ ਨੇ, ਔਰ ਤੁਸੀਂ ਅੱਗੋਂ ਆਪਣੀਆਂ ਬਾਹਾਂ ਖੋਲ੍ਹ ਕੇ ਮੈਨੂੰ ਗੱਲ ਨਾਲ ਲਾਇਆ ਪੜ੍ਹਾਉਣਾ ਨਿਵਾਸੀਓ, ਮੇਰਾ ਰੋਮ ਰੋਮ ਸ਼ੁਕਰਗੁਜ਼ਾਰ ਹੈ। ਔਰ ਜਿਸ ਘਰ ਵਿੱਚ ਕਦੀ ਮੈਂ ਪਹਿਲੀ ਕਿਲਕਾਰੀ ਮਾਰੀ ਸੀਗੀ, ਜਿਹੜੇ ਘਰ ਵਿੱਚ ਮੈਂ ਆਪਣੇ ਮਾਂ ਦੀ ਆਪਣੇ ਬਾਪ ਦੀ ਉਂਗਲ ਫੜ ਕੇ ਤੁਰਿਆ ਫਿਰਦਾ ਹੋਵਾਂਗਾ, ਅੱਜ ਉਸੇ ਘਰ ਦੇ ਵਿੱਚ ਹੀ ਵਸਣ ਵਾਲੇ ਸਾਡੇ ਪਿਆਰੇ ਜਿਹੜੇ ਨੇ, ਇਹ ਵੀ ਮੇਰੇ ਘਰ ਦੇ ਜੀ ਨੇ, ਉਹ ਸਾਡੇ ਵਾਸਤੇ ਇੱਥੇ ਸੇਵਾ ਕਰਦੇ ਪਏ ਨੇ। ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮੈਂ ਆਪਣੇ ਘਰ ਵਿੱਚ ਆ ਕੇ ਅੱਜ ਜੰਨਤ ਵਿੱਚ ਪਹੁੰਚਿਆ ਹੋਇਆ ਮਹਿਸੂਸ ਕਰਦਾ ਹਾਂ। ਔਰ ਮੇਰੀ ਜਿਹੜੀ ਇਸ ਵੇਲੇ ਘਰ ਵਾਲੀ ਮੇਰੇ ਨਾਲ ਹੈ, ਇਹਦੇ ਸਹੁਰਿਆਂ ਦਾ ਘਰ ਹੈ ਅਸਲ ਵਿੱਚ। ਹਾਂਜੀ, ਤਾਂ ਇਹ ਸੱਚੀ ਗੱਲ ਮੈਂ ਤੁਹਾਨੂੰ ਇਹ ਦੱਸਾਂ ਕਿ ਅੱਜ ਜਦੋਂ ਅਸੀਂ ਆਏ ਹਾਂ ਲਾਹੌਰ, ਅਹਿਮਦ ਰਜ਼ਾ ਸਾਹਿਬ ਅਤੇ ਅੰਜਮ ਗਿੱਲ ਸਾਨੂੰ ਲੈ ਕੇ ਗਏ ਸੀਗੇ ਉੱਥੇ, ਅਤੇ ਪਹਿਲੀ ਪ੍ਰੈਫਰੈਂਸ ਕੀ ਆ ਕਿ ਕਿਸੇ ਗੁਰਦੁਆਰੇ ਜਾਇਆ ਜਾਵੇ, ਕਿੱਥੇ ਜਾਇਆ ਜਾਵੇ, ਅਤੇ ਇਹਦੀ ਸਭ ਤੋਂ ਪਹਿਲੀ ਮੰਗ ਇਹ ਸੀ ਕਿ ਨਹੀਂ, ਪਹਿਲਾਂ ਪੜ੍ਹਾਉਣੇ ਜਾਣਾ, ਕਿਉਂਕਿ ਇਹਨੂੰ ਪਤਾ ਸੀ ਕਿ ਪੜ੍ਹਾਉਣਾ ਮੇਰੇ ਵਾਸਤੇ ਕੀ ਅਰਥ ਰੱਖਦਾ, ਕੀ ਮਾਣੇ ਰੱਖਦਾ ਮੇਰੇ ਵਾਸਤੇ, ਅਤੇ ਇਸ ਕਰਕੇ ਇਹਦੀ ਇਹ ਜਿਹੜੀ ਚਾਹਤ ਸੀ ਪੜ੍ਹਾਉਣੇ ਨੂੰ ਦੇਖਣ ਦੀ ਅਤੇ ਮੈਨੂੰ ਦਿਖਾਉਣ ਦੀ, ਕਿਉਂਕਿ ਇਹ ਮੇਰੇ ਦਿਲਾਂ ਦੀ ਦਰਦਨ ਹੈਗੀ ਆ, ਔਰ ਮੇਰੇ ਦਿਲਾਂ ਦੀ ਦਰਦਨ ਨੇ ਮੇਰੇ ਦਰਦ ਨੂੰ ਸਮਝਿਆ, ਅਤੇ ਅੱਜ ਅਸੀਂ ਤੁਹਾਡੇ ਵਿੱਚ ਬੈਠੇ ਹੋਏ ਹਾਂ, ਔਰ ਬਹੁਤ ਹੀ ਮਸ਼ਕੂਰ ਹਾਂ ਮੈਂ ਤੁਹਾਡਾ, ਸਭਨਾਂ ਦਾ ਬਹੁਤ ਮਸ਼ਕੂਰ ਹਾਂ, ਇਸ ਘਰ ਵਾਲਿਆਂ ਦਾ ਵੀ, ਇਹ ਮੇਰੇ ਘਰ ਦੇ ਜੀ ਨੇ ਜਿਨ੍ਹਾਂ ਨੇ ਸਾਨੂੰ ਇੱਥੇ ਬਿਠਾਇਆ ਆਪਣੇ ਇਸ ਘਰ ਦੇ ਵਿੱਚ, ਜਿਹੜਾ ਕਦੀ ਮੇਰਾ ਵੀ ਘਰ ਸੀਗਾ, ਜਿਹੜਾ ਹੁਣ ਇਹਨਾਂ ਦਾ ਵੀ ਘਰ ਹੈ, ਜਿਹੜਾ ਸਾਡੇ ਸਾਰਿਆਂ ਦੇ ਘਰ ਹੈ, ਸਾਰੇ ਪੰਜਾਬੀਆਂ ਦਾ ਘਰ ਹੈ ਅਸਲ ਵਿੱਚ, ਅਤੇ ਧੰਨ ਧੰਨ ਹੈ, ਬਹੁਤ ਬਹੁਤ ਗੱਲ ਇਹ ਹੈ ਕਿ ਬਿਲਡਿੰਗ ਹਾਂ ਬਿਲਡਿੰਗ ਸਾਂਭ ਕੇ ਉਸ ਤਰ੍ਹਾਂ ਰੱਖੀ ਨਹੀਂ, ਅਤੇ ਆਮ ਤੌਰ 'ਤੇ ਇਹ ਆਸ ਨਹੀਂ ਸੀ, ਪਰ ਜਿਵੇਂ ਸੰਧੂ ਸਾਹਿਬ ਹੋਰਾਂ ਨੇ ਇੱਥੇ ਸਾਰਾ ਖੇਚਲ ਕਰਕੇ ਪਹਿਲਾਂ ਇਹਦੀ ਨਿਸ਼ਾਨਦੇਹੀ ਕਰਦੀ ਕੀਤੀ ਹੋਈ ਸੀਗੀ, ਅਤੇ ਐਨ ਜਦੋਂ ਸਾਨੂੰ ਇਸ ਘਰ ਦੇ ਵਿੱਚ ਹੀ ਲੈ ਕੇ ਆ ਗਏ ਅਤੇ ਉਸ ਘਰ ਦਾ ਦਰਵਾਜ਼ਾ ਨਹੀਂ ਖੁੱਲ੍ਹਾ, ਸਵਰਗਾਂ ਦਾ ਬੂਹਾ ਖੁੱਲ੍ਹ ਗਿਆ, ਜੰਨਤ ਦਾ ਦਰਵਾਜ਼ਾ ਖੁੱਲ੍ਹ ਗਿਆ। ਮੇਰੀ ਧੀ ਰਾਣੀ